जल्दी देखी आ ਉਹ ਇੱਕ ਆਮ ਸਧਾਰਨ ਬੰਦੇ ਨੂੰ ਕਹੀ ਜਾਂਦੇ ਆ ਵੀ ਇਹ ਜਿਹੜਾ ਹੈਗਾ ਆ ਅੰਮ੍ਰਿਤਪਾਲ ਆ ਅੰਮ੍ਰਿਤਪਾਲ ਆ ਕੀ ਅੰਮ੍ਰਿਤਪਾਲ ਖੰਡ ਦਾ ਘਟਾਉਣਾ ਆ ਜਿਹਦੇ ਮਗਰ 80,000 ਪੁਲਿਸ ਲੱਗੀ ਹੋਵੇ ਉਹਨੂੰ ਚੱਕ ਕੇ ਕਦੇ ਕਿਤੇ ਐਡਿਟ ਕਰਕੇ ਰੱਖ ਦਿੰਦੇ ਕਦੇ ਐਡਿਟ ਕਰਕੇ ਕਿਤੇ ਰੱਖ ਸੋਸ਼ਲ ਮੀਡੀਆ ਤੇ ਇੱਕ ਬਹੁਤ ਜ਼ਿਆਦਾ ਫੋਟੋ ਵਾਇਰਲ ਹੋ ਰਹੀ ਹੈ ਜਿਸ ਨੂੰ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਦੀ ਫੋਟੋ ਹੈ ਔਰ ਅੰਮ੍ਰਿਤਪਾਲ ਜਿਸ ਦੁਕਾਨ ਦੇ ਸੀ ਮੌਜੂਦ ਹੈ ਕਹਿੰਦੇ ਕਿ ਇੱਥੋਂ ਪੈਂਚਰ ਲਵਾਉਣ ਆਇਆ ਔਰ ਗੋਦੀ ਮੀਡੀਆ ਨੇ ਪੂਰੀ ਤਰ੍ਹਾਂ ਪ੍ਰਚਾਰ ਕੀਤਾ ਕਿ ਇਹ ਵਾਕਈ ਅੰਮ੍ਰਿਤਪਾਲ ਸੀ ਵੱਡੀਆਂ ਵੱਡੀਆਂ ਗੱਡੀਆਂ ਅਤੇ ਵੱਡੀਆਂ ਵੱਡੇ ਕੈਮਰੇ ਲੈ ਕੇ ਮਹਿਤਪੁਰ ਨੂੰ ਪੂਰਾ ਘੇਰੇ ਰੱਖਿਆ ਔਰ ਜਿਸ ਵੀਰ ਨੇ ਪੈਂਚਰ ਲਾਇਆ ਸੀ ਉਹ ਦੁਖੀ ਹੋ ਚੁੱਕਿਆ ਔਰ ਅੱਜ ਉਹਨੂੰ ਫਿਰ ਮੀਡੀਆ ਦਾ ਸਹਾਰਾ ਲੈਣਾ ਪਿਆ ਲੋਕਲ ਮੀਡੀਆ ਦਾ ਕਿ ਮੇਰਾ ਹੁਣ ਦਾ ਖਹਿੜਾ ਛੱਡ ਦਿਓ ਕੰਮ ਬੰਦ ਹੋਣ ਦੇ ਕਿਨਾਰੇ 'ਤੇ ਹੈ ਤਾਂ ਵੀਰ ਜੀ ਅੱਜ ਜ਼ਿਆਦਾ ਗੱਲਾਂ ਨਹੀਂ ਬਸ ਇਹੀ ਪੁੱਛਣਾ ਚਾਹਾਂਗੇ ਕਿ ਅੱਜ ਦੁਖੀ ਹੋ ਗਏ ਦੁਖੀ ਮਨ ਦੇ ਨਾਲ ਫੋਨ ਕੀਤਾ ਕਿ ਮੈਂ ਨਾ ਵੀਰ ਜੀ ਮੈਨੂੰ ਨਾ ਘੱਟੋ ਘੱਟ 20 ਮੀਡੀਅਮ ਵਾਲੇ ਮੇਰੇ ਕੋਲ ਲੈ ਗਏ ਆ ਅਤੇ ਮੈਂ ਮੇਰਾ ਮੁੰਡਾ ਬਿਮਾਰ ਆ ਮੈਂਟਲ ਦਵਾਈ ਚੱਲਦੀ ਆ ਉਹਦੀ ਮੈਂ ਤਾਂ ਬੜਾ ਪਰੇਸ਼ਾਨ ਹਾਂ ਮੈਂ ਤਾਂ ਆਪਦੀ ਰੋਜ਼ੀ ਰੋਟੀ ਪਤਾ ਨਹੀਂ ਕਿੱਦਾਂ ਕਮਾਉਣਾ ਵਾਂ ਤਾਂ ਮੈਨੂੰ ਮੀਡੀਆ ਵਾਲੇ ਮੈਂ ਵਾਰ ਵਾਰ ਆ ਕੇ ਪਰੇਸ਼ਾਨ ਨਾ ਕਰਨ ਕੰਮ ਕਾਰ ਵੀ ਤਾਂ ਗੱਲ ਸਾਫ ਜ਼ਹਿਰ ਜੇ ਕਿ ਫਰਕ ਵੀ ਪਿਆ ਹੋਗਾ ਕਿ ਸਾਰਾ ਦਿਨ ਜੇ ਇੰਟਰਵਿਊ ਗੱਲਾਂ ਕਰਦੇ ਲੰਘ ਜਾਵੇ ਤਾਂ ਕੰਮ ਕੌਣ ਕਰਦਾ ਹੋਊਗਾ ਹਾਂਜੀ ਜੇ ਵਾਰ ਵਾਰ ਮੈਂ ਕੰਮ ਹੀ ਇਹ ਕਰਾਂ ਤਾਂ ਮੈਂ ਨਿਆਣਿਆਂ ਨੂੰ ਰੋਟੀ ਕਿੱਥੋਂ ਦਊਂਗਾ ਇਸ ਕਰਕੇ ਮੈਂ ਵਾਰ ਵਾਰ ਅਪੀਲ ਕਰਦਾ ਵਾਂ ਕਿ ਮੀਡੀਆ ਵਾਲੇ ਮੈਨੂੰ ਵਾਰ ਵਾਰ ਕੇ ਪਰੇਸ਼ਾਨ ਨਾ ਕਰਨ ਇੱਕ ਫੋਟੋ ਹੋਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਉਸ ਦੇ ਵਿੱਚ ਤੁਸੀਂ ਬੈਕ ਖੜੇ ਨਜ਼ਰ ਆਉਂਦੇ ਹੋ ਕੀ ਕਹਿਣਾ ਚਾਹੋਗੇ ਕੀ ਪੱਖ ਰੱਖਣਾ ਚਾਹੋਗੇ ਭਾਈ ਜਿਹੜਾ ਨਾ ਮਤਲਬ ਕਿ ਪਹਿਲਾਂ ਦੱਸੋ ਜਦੋਂ 18 ਤਰੀਕ ਨੂੰ ਇਹ ਤੁਸੀਂ ਲੈ ਕੇ ਗਏ ਆ ਉਹ ਦਿਨ ਇਹ ਫੋਟੋ ਸੀਗੀ ਬਿਲਕੁਲ ਨਹੀਂ ਨਹੀਂ ਸੀਗੀ ਨਹੀਂ ਸੀ ਨਾ ਫੋਟੋ ਜਿੱਦਾਂ ਹੁਣ ਮੋਦੀ ਦੇ ਸਿਰ ਕਿਸੇ ਦਾ ਧੜਕੇ ਦਾ ਰਾਹ ਲਾ ਕੇ ਸ਼ਰਾਰਤੀ ਲੋਕ ਅਨਸਰ ਪਾਈ ਜਾਂਦੇ ਆ ਅਤੇ ਮੀਡੀਆ ਵਾਲੇ ਚੱਕ ਕੇ ਸਾਡੇ ਵੱਲ ਤੁਰੇ ਆਉਂਦੇ ਆ ਇਸ ਕਰਕੇ ਵੀ ਜਿਹੜਾ ਕੋਈ ਸ਼ਰਾਰਤ ਕਰ ਰਿਹਾ ਵਾ ਕਿਰਪਾ ਕਰਕੇ ਉਹਨੂੰ ਫੜਿਆ ਜਾਵੇ ਅਤੇ ਸਾਨੂੰ ਮਿਹਨਤ ਸਾਡੀ ਆ ਸਾਨੂੰ ਨਾ ਵਾਰ ਵਾਰ ਪਰੇਸ਼ਾਨ ਕੀਤਾ ਜਾਵੇ ਤਾਂ ਹਾਲਾਤ ਅੱਜ ਇਸ ਤਰ੍ਹਾਂ ਦੇ ਹੋ ਗਏ ਆ ਕਿ ਕਹਿੰਦੇ ਕਿ ਹੁਣ ਮੀਡੀਆ ਸਾਡੇ ਕੋਲ ਨਾ ਆਵੇ ਕਿਉਂਕਿ ਇੰਨਾ ਗੋਦੀ ਮੀਡੀਆ ਦੇ ਵੱਲੋਂ ਇੰਨਾ ਪ੍ਰਚਾਰ ਕੀਤਾ ਗਿਆ ਕਿ ਖਬਰਾਂ ਨੂੰ ਕਈ ਲੋਕ ਤਾਂ ਸੱਚ ਵੀ ਮੰਨਣ ਲੱਗ ਗਏ ਪਰ ਅਸਲ ਜ਼ਮੀਨੀ ਹਕੀਕਤ ਕੀ ਸੀ ਗਰਾਊਂਡ ਰਿਪੋਰਟ ਕੀ ਸੀ ਉਹ ਤੁਹਾਡੇ ਸਾਹਮਣੇ ਆਇਆ ਤਾਂ ਮਹਿੰਦਰਪਾਲ ਟੁੰਨਾ ਸਾਹਿਬ ਜੋ ਇੱਥੋਂ ਦੇ ਵਸਨੀਕ ਆ MC ਵੀ ਆ ਸਰ ਲਗਾਤਾਰ ਇਹ ਪ੍ਰਚਾਰ ਕੀਤਾ ਗਿਆ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਾਈਬਰ ਕ੍ਰਾਈਮ ਕੀ ਕਰ ਰਿਹਾ ਕੀ ਕਹਿਣਾ ਚਾਹੋਗੇ ਅੱਜ ਤਾਂ ਬਾਈ ਜੀ ਦੁਖੀ ਹੋ ਕੇ ਕਹਿੰਦੇ ਕਿ ਹੁਣ ਮੀਡੀਆ ਵੀ ਨਾ ਆਵੇ ਮੈਨੂੰ ਸੁਬਾਹ ਬਲਦੇਵ ਰਾਜ ਜੀ ਦਾ ਫੋਨ ਗਿਆ ਮੈਨੂੰ ਕਹਿੰਦਾ ਮੈਨੂੰ ਮੀਡੀਆ ਵਾਲੇ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ ਔਰ ਮੈਂ ਬਹੁਤ ਦੁਖੀ ਹੋ ਚੁੱਕਿਆ ਹਾਂ ਅਤੇ ਆ ਇੱਕ ਜਿਹੜੀ ਫੋਟੋ ਨਵੀਂ ਵਾਇਰਲ ਹੋਈ ਆ ਉਹ ਨਵੀਂ ਐਡਿਟ ਕੀਤੀ ਆ ਕਿਸੇ ਨੇ ਮੈਂ ਫਿਰ ਸਵਾਲ ਚੱਕਦਾ ਹਾਂ ਆਪਣੇ ਪ੍ਰਸ਼ਾਸਨ 'ਤੇ ਵੀ ਜਿਹੜੀਆਂ ਫੋਟੋਆਂ ਐਡਿਟ ਕਰ ਕਰਕੇ ਕੋਈ ਬੰਦਾ ਗਲਤ ਤਰੀਕੇ ਨਾਲ ਪਾ ਰਿਹਾ ਆ ਸਾਡਾ ਮਾਹੌਲ ਖਰਾਬ ਕਰ ਰਿਹਾ ਕਿ ਪੁਲਿਸ ਉੱਤੇ ਬਣਦੀ ਕਾਰਵਾਈ ਨਹੀਂ ਕਰ ਸਕਦੀ ਪ੍ਰਸ਼ਾਸਨ ਨੂੰ ਚਾਹੀਦਾ ਆ ਉਸ ਬੰਦੇ ਨੂੰ ਫੜ ਕੇ ਅੰਦਰ ਸੁੱਟੇ ਜਿਹੜਾ ਇਸ ਬੰਦੇ ਦੀ ਸਾਡੀ ਹਿੰਦੂ ਅਤੇ ਸਿੱਖ ਕਮਿਊਨਿਟੀ ਦੀ ਜਿਹੜੀ ਆਪਸ ਵਿੱਚ ਫਰੈਸ਼ਨ ਪਾਉਣੀ ਚਾਹੁੰਦੇ ਆ ਸਾਨੂੰ ਆਪਸ ਵਿੱਚ ਲੜਾਉਣਾ ਝਗੜਾਉਣਾ ਚਾਹੁੰਦੇ ਆ ਇਹ ਨੈਸ਼ਨਲ ਮੀਡੀਆ ਜਿਹੜਾ ਆ ਬਹੁਤ ਹੀ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਆ ਇੱਕ ਨੈਸ਼ਨਲ ਮੀਡੀਆ 'ਤੇ ਮੈਂ ਦੇਖਿਆ ਸਾਡੀ ਇੱਕ ਇੱਥੇ ਮੇਰੇ ਹੀ ਵਾਰਡ ਦੀ ਆ ਕਿਉਂਕਿ ਮੈਂ ਪ੍ਰਸ਼ਾਸਨ ਦਾ ਟੋਟਲੀ ਅਸੀਂ ਸਹਿਯੋਗ ਕੀਤਾ ਜਿੰਨੀਆਂ ਵੀ ਅਸੀਂ ਫੁਟੇਜ ਹੈਗੀਆਂ ਸਾਰੀਆਂ ਉਹਨਾਂ ਨੂੰ CCTV ਦੀਆਂ ਸਾਰੀਆਂ ਮੁਹੱਈਆ ਕਰਾਈਆਂ ਆ ਔਰ ਅੱਜ ਮੈਂ ਉਹ ਇੱਕ ਨੈਸ਼ਨਲ ਮੀਡੀਆ 'ਤੇ ਚੱਲਦੀ ਦੇਖੀ ਆ ਉਹ ਇੱਕ ਆਮ ਸਧਾਰਨ ਬੰਦੇ ਨੂੰ ਕਹੀ ਜਾਂਦੇ ਆ ਵੀ ਇਹ ਜਿਹੜਾ ਹੈਗਾ ਆ ਅੰਮ੍ਰਿਤਪਾਲ ਆ ਅੰਮ੍ਰਿਤਪਾਲ ਆ ਕੀ ਅੰਮ੍ਰਿਤਪਾਲ ਖੰਡ ਦਾ ਘਟਾਉਣਾ ਆ ਜਿਹਦੇ ਮਗਰ 80,000 ਪੁਲਿਸ ਲੱਗੀ ਹੋਵੇ ਉਹਨੂੰ ਚੱਕ ਕੇ ਕਦੇ ਕਿਤੇ ਐਡਿਟ ਕਰਕੇ ਰੱਖ ਦਿੰਦੇ ਕਦੇ ਐਡਿਟ ਕਰਕੇ ਕਿਤੇ ਰੱਖ ਦਿੰਦੇ ਕਦੇ ਐਡਿਟ ਕਰਕੇ ਕਿਤੇ ਰੱਖ ਦਿੰਦੇ ਆ ਵੀ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਡਰਾਇਆ ਜਾ ਰਿਹਾ ਆ ਔਰ ਗਲਤ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹ ਰੇਹੜੀ ਵਾਲਾ ਵਿਚਾਰਾ ਉਦਣ ਦਾ ਜਿੰਦਾ ਲਾ ਕੇ ਘਰੋਂ ਭੱਜਾ ਹੋਇਆ ਇਹ ਦੁਕਾਨਦਾਰ ਜਿਹੜਾ ਇਹ ਵੀ ਭੱਜਣ ਨੂੰ ਤਿਆਰ ਆ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕੀਤਾ ਜਾਵੇ ਮੇਰੀ ਬੇਨਤੀ ਆ ਫਿਰ ਪੁਲਿਸ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿਹੜੀ ਇਹ 'ਤੇ ਬਣਦੀ ਆ ਕਾਰਵਾਈ ਜਿਹੜੀ ਜਿਹਨੇ ਐਡਿਟ ਕਰਕੇ ਫੋਟੋਆਂ ਗਲਤ ਤਰੀਕੇ ਨਾਲ ਪਾ ਰਿਹਾ ਉੱਤੇ ਕਰੇ ਔਰ ਇਸ ਰੇਹੜੀ ਦੁਕਾਨਦਾਰ ਮੇਰੇ ਵੀਰ ਨੂੰ ਐਵੇਂ ਮੀਡੀਆ ਆਣ ਕੇ ਬਾਹਰੋਂ ਤੰਗ ਪਰੇਸ਼ਾਨ ਨਾ ਕਰੇ ਇਹਨੇ ਆਪਣੀ ਜਿਹੜੀ ਸਟੇਟਮੈਂਟ ਆ ਪੁਲਿਸ ਨੂੰ ਵੀ ਦੇ ਦਿੱਤੀ ਆ ਔਰ ਮੀਡੀਆ ਵਾਲਿਆਂ ਨੂੰ ਪਹਿਲਾਂ ਦੇ ਦਿੱਤੀ ਆ ਹੁਣ ਵਾਰ ਵਾਰ ਇਹਨੂੰ ਆਣ ਕੇ ਤੰਗ ਪਰੇਸ਼ਾਨ ਨਾ ਕਰੇ ਸਾਡਾ ਮਾਹੌਲ ਨਾ ਖਰਾਬ ਕਰੇ ਸਾਡੇ ਮਹਿਤਪੁਰ ਦਾ ਉਸੇ ਦਿਨ ਦਾ 15 ਮਿੰਟ ਬਾਅਦ ਤੋਂ ਮਾਹੌਲ ਬਹੁਤ ਵਧੀਆ ਆ ਅਸੀਂ ਉਦਣ ਦੇ ਸਾਰੇ ਭਾਈਚਾਰੇ ਸਾਰੇ ਲੋਕ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਿਲਜੁਲ ਰਹੇ ਹਾਂ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਹੇ ਹਾਂ ਔਰ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਉਹ ਪੰਜਾਬ ਲੈਵਲ ਦੇ ਉੱਤੇ ਸਾਡੀ ਮਹਿਤਪੁਰ ਦੀ ਜੋ ਸਾਨੂੰ ਦਿਖਾਇਆ ਗਿਆ ਵੀ ਮਹਿਤਪੁਰ 'ਚ ਆਹ ਕੁਛ ਹੋ ਗਿਆ ਆਹ ਕੁਛ ਹੋ ਗਿਆ ਉਹ ਹੁੰਦਾ ਰੋਜ਼ ਉਹ ਹੁੰਦਾ ਆ ਵੀ ਮਹਿਤਪੁਰ ਬਹੁਤ ਸੁੱਖੀ ਸ਼ਾਂਤੀ ਵਸ ਰਿਹਾ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਇਸੇ ਤਰੀਕੇ ਨਾਲ ਵਸ ਲੈਣ ਦਿੱਤਾ ਜਾਵੇ ਔਰ ਕੋਈ ਵੀ ਮੀਡੀਆ ਵਾਲਾ ਜੇ ਕੋਈ ਆਣ ਕੇ ਹੁਣ ਦੁਬਾਰਾ ਤੰਗ ਪਰੇਸ਼ਾਨ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਧੰਨਵਾਦ ਆ ਤਾਂ ਅੱਜ ਦੀ ਜੋ ਪਹਿਲਾਂ ਤੁਸੀਂ ਇੱਕ ਰਿਪੋਰਟ ਦੇਖੀ ਸੀ ਤੇ ਅੱਜ ਬਾਈ ਟਾਇਰਾਂ ਨੂੰ ਜੇ ਪੈਂਚਰ ਲਾ ਕੇ ਆਪਣਾ ਗੁਜ਼ਾਰਾ ਚੱਲਦਾ ਜੇ ਦੇਖਰ ਦੁਕਾਨ ਦੀ ਗੱਲ ਕਰੀਏ ਤਾਂ ਸਮਾਜ ਦੇ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਪ੍ਰਾਪਰਟੀ ਦਾ ਬਾਈ ਮਾਲਕ ਆ ਪਰ ਲਗਾਤਾਰ ਮੀਡੀਆ ਤੋਂ ਦੁਖੀ ਹੋ ਗਿਆ ਦਿੱਲੀ ਦੇ ਵਿੱਚ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਤਾਂ ਇੱਕ ਵੱਡਾ ਠੱਪਾ ਲੱਗਿਆ ਸੀ ਗੋਦੀ ਮੀਡੀਆ ਅਤੇ ਮਹਿਤਪੁਰ ਦੇ ਵਿੱਚ ਵੀ ਇਹ ਹਾਲਾਤ ਬਣ ਗਏ ਕਿ ਗੋਦੀ ਮੀਡੀਆ ਨੇ
ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਕੈਮਰੇ ਲੈ ਕੇ ਬਾਈ 'ਤੇ ਲਗਾਤਾਰ ਦਬਾਅ ਵੀ ਪਾਇਆ ਗਿਆ, ਪਰ ਜ਼ਮੀਨੀ ਹਕੀਕਤ ਕੀ ਸੀ ਔਰ ਪੁਲਿਸ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਜੋ ਅੰਮ੍ਰਿਤਪਾਲ ਦੀ ਫੋਟੋ ਲਗਾਤਾਰ ਉਹ ਵਾਇਰਲ ਕੀਤੀ ਜਾ ਰਹੀ ਸੀ ਅਤੇ ਉਸ ਦੇ ਬਾਰੇ ਵੀ ਤੁਹਾਡੇ ਸਾਹਮਣੇ ਇਹ ਮਹਿੰਦਰਪਾਲ ਸਿੰਘ ਟੁੰਨਾ ਸਾਹਿਬ ਹੋ ਗਏ ਅਤੇ ਜਾਂ ਫਿਰ ਇਹ ਵੀਰ ਜੀ ਉਹ ਪੈਂਚਰ ਲਾਉਂਦਾ ਉਹਨਾਂ ਨੇ ਵੀ ਪੱਖ ਰੱਖਿਆ। ਤੁਹਾਡੀ ਇਸ ਪ੍ਰਤੀ ਕੀ ਵਿਚਾਰ ਹੈ, ਤੁਸੀਂ ਆਪਣੇ ਕੀਮਤੀ ਕਮੈਂਟ ਦੇ ਕਰਕੇ ਦੇ ਸਕਦੇ ਹੋ। ਕੈਮਰਾਮੈਨ ਮਨਜੀਤ ਹਰਦੀਪ ਪੈਨਾ ਨਾਰ ਨਿਊਜ਼।